ਭਾਜਪਾ ਦੇ ਮਹਾਂਮੰਤਰੀ ਤਰੁਣ ਚੁੱਗ ਅੱਜ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਨੇ। ਸਵੇਰ ਤੋਂ ਹੀ ਉਹਨਾਂ ਨੇ ਵੱਖ ਵੱਖ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਹੈ। ਇਸ ਵੇਲੇ ਅਖੀਰ ਦੇ ਵਿੱਚ ਕਟੜਾ ਬੰਬੇ ਵਾਲੇ ਖੂਹ ਦੇ ਵਿੱਚ ਆ ਕੇ ਉਹਨਾਂ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੈ। ਗੱਲ ਕਰਨੇ ਆ ਤਰੁਣ ਜੀ, ਅੱਜ ਕਾਫੀ ਜਨ ਸਭਾਵਾਂ ਨੂੰ ਤੁਸੀਂ ਸੰਬੋਧਨ ਕੀਤਾ ਹੈ, ਕਿਸ ਤਰ੍ਹਾਂ ਦਾ ਲੱਗ ਰਿਹਾ? ਐਸਾ ਕਿ ਪੰਜਾਬ ਦੇ ਲੋਕ ਜਵਾਬ ਦੇਣਾ ਚਾਹੁੰਦੇ ਨੇ ਭਗਵੰਤ ਮਾਨ ਨੂੰ, ਕੇਜਰੀਵਾਲ ਸਾਹਿਬ ਨੂੰ, ਜਿਨ੍ਹਾਂ ਨੇ ਬਲਫ ਕੀਤਾ ਹੈ ਪੰਜਾਬ ਦੀ ਜਨਤਾ ਨਾਲ। ਹਰ ਘਰ ਨੌਕਰੀ ਦਾ ਵਾਅਦਾ ਦੇ ਕੇ 90,000 ਕਰੋੜ ਕਿਸਾਨੀ ਕਰਜ਼ਾ ਮਾਫ਼ ਕਰਾਂਗੇ, ਹਰ ਘਰ ਦੀ ਬਿਜਲੀ ਮਾਫ਼ ਕਰਾਂਗੇ, ਇੱਕ ਵੀ ਕੰਮ ਨਹੀਂ ਹੋਇਆ। ਲੋਕ ਹਤਾਸ਼ ਨੇ, ਨਿਰਾਸ਼ ਨੇ, ਔਰ ਨਿਰਾਸ਼ਾ ਦਾ ਆਲਮ ਇਸ ਤਰ੍ਹਾਂ ਬਲਦਾ ਹੈ ਕਿ ਲੋਕ ਇਹਨਾਂ ਤੋਂ ਛੁਟਕਾਰਾ ਚਾਹੁੰਦੇ, ਔਰ ਉਹ ਛੁਟਕਾਰਾ ਲੈਣ ਵਾਸਤੇ ਲੋਕ ਸੜਕਾਂ 'ਤੇ ਨਿਕਲੇ ਨੇ। ਔਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੂੰ 0 ਸੀਟ ਆਏਗੀ, ਔਰ ਇਹ ਜਵਾਬ ਹੋਏਗਾ ਪੰਜਾਬ ਦੀ ਜਨਤਾ ਦਾ ਭ੍ਰਸ਼ਟ ਕੇਜਰੀਵਾਲ ਨੂੰ, ਨਿਕੰਮੇ ਭਗਵੰਤ ਮਾਨ ਨੂੰ। 13-0 ਦੀ ਦਾਅਵਾ ਕਰਦੇ, 0 ਸੀਟ ਜਿੱਤਣਗੇ, ਕਿਉਂਕਿ 0 ਲੈਵਲ 'ਤੇ ਲਾਅ ਐਂਡ ਆਰਡਰ ਪਹੁੰਚ ਚੁੱਕਾ ਹੈ। ਪੰਜਾਬ ਇੱਕ ਡੈਫਸਿਟ ਸਟੇਟ ਬਣ ਚੁੱਕਾ ਹੈ, ਉਸ ਡੈਫਸਿਟ ਦੇ ਵਿੱਚੋਂ ਕੱਢਣਾ ਬਹੁਤ ਔਖਾ ਹੈ। ਕੋਈ ਕੱਢ ਸਕਦਾ ਤਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਰ। 2 ਦਿਨ ਪਹਿਲੇ ਚੁਣਾਵੀ ਰੈਲੀ ਨੂੰ ਸੰਬੋਧਨ ਕੀਤਾ, ਚੁਣਾਵੀ ਰੋਡ ਸ਼ੋਅ ਕੀਤਾ ਹੈ ਕੇਜਰੀਵਾਲ ਸਾਹਿਬ ਨੇ ਇੱਥੇ ਅੰਮ੍ਰਿਤਸਰ ਦੀ ਧਰਤੀ 'ਤੇ, ਉਹ ਵੀ ਅੰਦਰੂਨ ਸ਼ਹਿਰ ਦੇ ਵਿੱਚ। ਐਸਾ ਕਿ ਕੇਜਰੀਵਾਲ ਸਾਹਿਬ ਬਲਫ ਮਾਸਟਰ ਨੇ, ਧੋਖਾਧੜੀ, ਜਾਲਸਾਜੀ, ਸ਼ਰਾਬ ਘੁਟਾਲੇ ਦੇ ਕੇਸ ਦੇ ਕਾਰਨ ਉਹ ਜੇਲ੍ਹ 'ਚੋਂ ਛੁੱਟ ਕੇ ਆਏ, ਉਹ ਵੀ ਅਲਪ ਜ਼ਮਾਨਤ 'ਤੇ। 2 ਤਰੀਕ ਨੂੰ ਉੱਥੋਂ ਆਵਾਜ਼ ਪੈਣੀ ਹੈ ਲੱਲੀ ਹੈ, ਕੇਜਰੀਵਾਲ ਹਾਜ਼ਰ ਹੋ। ਔਰ ਕੇਸ ਇੰਨਾ ਸੋਲਿਡ ਹੈ ਕਿ ਜੱਜ ਕਹਿ ਰਿਹਾ ਐਜ਼ ਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਪਟ ਹੈ, ਔਰ ਐਜ਼ ਏ ਆਮ ਆਦਮੀ ਪਾਰਟੀ ਪ੍ਰੈਜੀਡੈਂਟ ਅਰਵਿੰਦ ਕੇਜਰੀਵਾਲ ਕਰਪਟ ਆਉਣ ਲੱਗ ਰਿਹਾ। ਇਹ ਪਾਰਟੀ ਨਹੀਂ, ਲੁੱਟੂ ਟੋਲਾ ਗਰੋਹ ਹੈ, ਗੈਂਗ ਹੈ, ਜਿਹਨੇ ਕਿਸ ਤਰ੍ਹਾਂ ਨਾਲ ਸੰਗਠਿਤ ਹੋ ਕੇ ਪੰਜਾਬ ਦੇ ਅੰਦਰ ਪੂਰੇ ਦਿੱਲੀ 'ਚ ਕਰਪਸ਼ਨ ਕੀਤੀ। ਪੈਸਾ ਕਿੱਥੋਂ ਲਿੱਤਾ ਉਹ ਲੋਕ ਵੀ ਦੱਸ ਰਹੇ, ਸਾਡੇ ਕੋਲ ਰਿਸ਼ਵਤ ਲਿੱਤੀ। ਪੈਸਾ ਕਿੱਥੇ ਪਹੁੰਚਿਆ ਉਹ ਵੀ ਦੱਸ ਰਹੇ ਨੇ, ਸਾਡੇ ਕੋਲ ਰਿਸ਼ਵਤ ਪਹੁੰਚੀ। ਮੋਬਾਈਲ ਕਿਹੜੇ ਯੂਜ਼ਰ ਚੈਟ ਮੌਜੂਦ ਨੇ। ਔਰ ਕੇਜਰੀਵਾਲ ਸਾਹਿਬ ਆਉਂ ਬਾਹਰ ਆਏ ਨੇ ਜਿਸ ਤਰ੍ਹਾਂ ਸ਼ਾਇਦ ਕੋਈ ਫਰੀਡਮ ਮੂਵਮੈਂਟ ਤੋਂ ਬਾਹਰ ਆਏ ਹੋਣ, ਜਦਕਿ ਉਹ ਉੱਥੋਂ ਕਰਪਸ਼ਨ ਦੇ ਕੇਸਿਸ ਤੋਂ ਬਾਹਰ ਆਏ। ਪੰਜਾਬ ਦੀ ਜਨਤਾ ਔਰ ਜਵਾਬ ਦੇਗੀ, ਦੇਸ਼ ਦੀ ਜਨਤਾ ਜਵਾਬ ਦੇਗੀ ਕਿ ਭ੍ਰਸ਼ਟ ਕੇਜਰੀਵਾਲ ਔਰ ਨਿਕੰਮੇ ਭਗਵੰਤ ਮਾਨ ਨਹੀਂ ਚਾਹੀਏ। ਜੇ ਅਸੀਂ ਸਾਂਸਦ ਗੁਰਜੀਤ ਸਿੰਘ ਔਜਲਾ ਦੀ ਗੱਲ ਕਰੀਏ, ਉਹਨਾਂ ਨੇ ਪਿਛਲੇ 6 ਸਾਲ ਤੋਂ ਅੰਮ੍ਰਿਤਸਰ ਦੀ ਨੁਮਾਇੰਦਗੀ ਕੀਤੀ ਹੈ, ਉਹਨਾਂ ਦਾ ਵੀ ਕਾਫੀ ਇੱਥੇ ਯੋਗਦਾਨ। ਐਸਾ ਕਿ 2017 ਤੋਂ ਉਹ MP ਨੇ, ਅੱਜ 7 ਸਾਲ ਹੋ ਗਏ। ਇੱਕ ਇੱਟ ਦੱਸਣ ਜਿਹੜੀ ਉਹਨਾਂ ਨੇ ਲਾਈ ਹੋਵੇ, ਇੱਕ ਕੰਮ ਦੱਸਣ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਵਾਸਤੇ ਕੀਤਾ ਹੋਵੇ। ਐਸਾ MP ਚੁਣਨ ਦਾ ਫਾਇਦਾ ਕੀ ਜਿਹੜਾ ਕੰਮ ਹੀ ਨਾ ਕਰ ਸਕੇ, ਐਸਾ ਗਹਿਣਾ ਕੀ ਜਿਹੜਾ ਕੰਨਾਂ ਨੂੰ ਚੁੱਭੇ। ਐਸੀ 'ਚ ਟੋਟਲ ਫੇਲਿਓਰ ਸਰਕਾਰ ਹੈ, ਔਰ ਅੰਮ੍ਰਿਤਸਰ ਦੀ ਜਨਤਾ ਇਹ ਦੇਖ ਰਹੀ ਹੈ ਕਿ ਅਸੀਂ ਜਾਂਚੇ ਪਰਖੇ ਨਰਿੰਦਰ ਮੋਦੀ ਜੀ ਦੇ ਪ੍ਰਤੀਨਿਧੀ ਤਰਨਜੀਤ ਸਿੰਘ ਸੰਧੂ, ਜਿਨ੍ਹਾਂ ਦਾ ਇੱਕ ਵੱਡਾ ਵਿਜ਼ਨ ਹੈ, ਉਹਨਾਂ ਨੂੰ ਚੁਣ ਕੇ ਭੇਜਣਾ ਚਾਹੁੰਦੇ ਹਾਂ ਜਿਹੜੇ ਸਾਨੂੰ ਰਿਪ੍ਰਜੈਂਟ ਕਰਨ, ਔਰ ਮੋਦੀ ਸਾਹਿਬ ਕੋਲ ਅੰਮ੍ਰਿਤਸਰ ਅਸੀਂ ਗੱਫੇ ਲੈ ਕੇ। ਅਕਾਲੀ ਦਲ ਅਕੇਲਾ ਇਸ ਵਾਰੀ ਚੁਣਾਵ ਲੜ ਰਿਹਾ ਭਾਜਪਾ ਤੋਂ ਬਿਨਾਂ, ਇੱਥੋਂ ਦੇ ਅਨਿਲ ਜੋਸ਼ੀ ਉਹਨਾਂ ਦੇ ਉਮੀਦਵਾਰ। ਐਸਾ ਕਿ ਅਕਾਲੀ ਦਲ ਬਹੁਤ ਪਿਛੜ ਚੁੱਕਾ ਹੈ, ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਬਿਆਨਬਾਜ਼ੀ ਕੀਤੀ, ਫਿਰਕਾ ਪ੍ਰਸਤੀ ਦੀ ਬਿਆਨਬਾਜ਼ੀ, ਜਿਹੜੀ ਬਿਆਨਬਾਜ਼ੀ
ਪੰਜਾਬ ਦੇ ਭਾਈਚਾਰੇ ਸਾਂਝ ਨੂੰ ਠੇਸ ਪਹੁੰਚਾਉਣ ਦੀ ਬਿਆਨਬਾਜ਼ੀ ਹੈ। ਜਨਤਾ ਦਾ ਕਰਾਰਾ ਜਵਾਬ ਦੇਗੀ। ਸੁਖਬੀਰ ਜੀ, ਪੰਜਾਬੀਆਂ ਨੂੰ ਵੰਡੋ ਨਾ, ਔਰ ਪੰਜਾਬੀ ਸਭ ਤੋਂ ਜ਼ਿਆਦਾ ਨਫ਼ਰਤ ਤੁਹਾਡੇ ਤੋਂ ਕਰਦੇ। ਲਾਸਟ ਸਵਾਲ ਹੈ ਜੀ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਧਾਲੀਵਾਲ ਨੇ ਉਹ ਕਹਿ ਰਹੇ ਨੇ ਕਿ ਮੇਰਾ ਮੁਕਾਬਲਾ ਸਿਰਫ ਬੀਜੇਪੀ ਨਾਲ ਹੈ, ਨਾ ਕਿ ਅਨਿਲ ਜੋਸ਼ੀ, ਨਾ ਕਿ ਕਾਂਗਰਸ ਦੇ ਉਮੀਦਵਾਰ। ਉਹਨਾਂ ਦਾ ਸਾਡੇ ਨਾਲ ਮੁਕਾਬਲਾ ਹੀ ਨਹੀਂ ਗਾ, ਅਸੀਂ ਨੰਬਰ ਇੱਕ 'ਤੇ ਹਾਂ, ਇਹ ਸਾਰੇ ਦੋ ਨੰਬਰ ਦੀ ਲੜਾਈ ਲੜ ਰਹੇ। ਸੋ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਨੇ ਅੱਜ ਅੰਮ੍ਰਿਤਸਰ ਦੌਰੇ 'ਤੇ ਰਹੇ ਨੇ ਔਰ ਵੱਖ ਵੱਖ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਹੈ। ਸਵੇਰ ਤੋਂ ਹੀ ਉਹ ਉਮੀਦਵਾਰ ਜਿਹੜੇ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਦੇ ਨਾਲ ਉਹਨਾਂ ਨੇ ਜਨ ਸਭਾਵਾਂ ਨੂੰ ਸੰਬੋਧਨ ਕੀਤਾ ਹੈ ਅਤੇ ਅਖੀਰ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਕਿ ਭਾਜਪਾ ਦਾ ਮੁਕਾਬਲਾ ਨਹੀਂ ਹੋ ਸਕਦਾ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।